ਸਤਿ ਸ਼੍ਰੀ ਅਕਾਲ ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਅੱਜ ਦੇ ਬੁਲੇਟਿਨ ਦੇ ਵਿੱਚ ਹਰਜੋਤ ਕੌਰ ਵੱਲੋਂ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਵੱਲ। ਪੰਜਾਬ ਸਰਕਾਰ ਦੇਵੇਗੀ ਕਿਸਾਨਾਂ ਨੂੰ ਵੱਡਾ ਤੋਹਫਾ, ਬਸ 3 ਮਹੀਨਿਆਂ ਦਾ ਹੋਰ ਇੰਤਜ਼ਾਰ। ਸਾਧੂ ਸਿੰਘ ਧਰਮਸੋਤ ਦੇ ਸਿਰ ਚੜ ਬੋਲ ਰਿਹਾ ਜਿੱਤ ਦਾ ਨਸ਼ਾ, ਸਕੂਲ ਦੀ ਪ੍ਰਿੰਸੀਪਲ ਨੂੰ ਦਿੱਤੀ ਸਸਪੈਂਡ ਕਰਨ ਦੀ ਧਮਕੀ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੀੜੀ ਆਪਸ ਦੇ ਵਿੱਚ, ਲਾਏ ਮਾੜੇ ਉਮੀਦਵਾਰ ਹੋਣ ਦੇ ਇਲਜ਼ਾਮ। ਪੀਯੂ ਦੇ ਵਿਦਿਆਰਥੀਆਂ ਦੇ ਆਏ ਅੱਛੇ ਦਿਨ, ਬੈਠੇ ਭੁੱਖ ਹੜਤਾਲ ਤੇ। ਪੰਜਾਬ ਸਰਕਾਰ ਹੁਣ ਕਿਸਾਨਾਂ ਦੀ ਸਾਰ ਲੈਣ ਜਾ ਰਹੀ ਹੈ, ਬਸ 3 ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਕਿਸਾਨਾਂ ਲਈ ਆਉਣਗੀਆਂ ਨਵੀਆਂ ਨੀਤੀਆਂ। ਪੰਜਾਬ ਸਰਕਾਰ ਆਉਂਦੇ 3 ਮਹੀਨਿਆਂ ਤੱਕ ਕਿਸਾਨਾਂ ਦੇ ਕਰਜ਼ਿਆਂ ਦਾ ਢੁਕਵਾਂ ਹੱਲ ਕਰਨ ਜਾ ਰਹੀ ਹੈ। ਇਹ ਹੱਲ ਆਉਣ ਵਾਲੇ ਬਜਟ 'ਚ ਪੇਸ਼ ਕੀਤਾ ਜਾਵੇਗਾ। ਕਿਸਾਨਾਂ ਦੇ ਕਰਜ਼ਿਆਂ ਦੇ ਮਾਮਲੇ 'ਚ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਵੱਲੋਂ 3 ਮਹੀਨਿਆਂ ਬਾਅਦ ਕਿਸਾਨਾਂ ਨੂੰ ਵੱਡਾ ਤੋਹਫਾ ਮਿਲਣ ਦੇ ਆਸਾਰ ਲੱਗ ਰਹੇ ਨੇ। ਇਹ ਐਲਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਾ ਮੁਆਫੀ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਨਾਲੋਂ ਵੀ ਵੱਡਾ ਕਦਮ ਚੁੱਕੇਗੀ। ਹੁਣ ਵੇਖਣਾ ਇਹ ਹੈ ਕਿ ਖਾਲੀ ਖਜ਼ਾਨੇ ਦਾ ਰਾਗ ਲਾਪਣ ਵਾਲੀ ਕਾਂਗਰਸ ਸਰਕਾਰ ਕੀ ਕਿਸਾਨਾਂ ਲਈ ਕੁਝ ਵਾਕਿਆ ਕਰ ਸਕੇਗੀ। ਕਹਿੰਦੇ ਨੇ ਕਿ ਸੱਤਾ ਦਾ ਨਸ਼ਾ ਅਜੀਬ ਹੁੰਦਾ, ਜਿਸ ਦੇ ਸਿਰ ਚੜ ਜਾਵੇ ਉਸ ਨੂੰ ਵਾਰੇ ਨਿਆਰੇ ਕਰਾ ਦਿੰਦਾ। ਪੰਜਾਬ ਦੇ ਜੰਗਲੀ ਵਿਭਾਗ ਤੇ ਸਮਾਜਿਕ ਭਲਾਈ ਦਾ ਅਹੁਦਾ ਸਾਂਭਣ ਵਾਲੇ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਸ਼ਾਇਦ ਜਿੱਤ ਦਾ ਨਸ਼ਾ ਸਿਰ ਚੜ ਕੇ ਬੋਲ ਰਿਹਾ। ਤਾਂਹੀਓ ਤਾਂ ਧਰਮਸੋਤ ਸਾਹਿਬ ਨਾਭਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ 'ਚ ਸਕੂਲ ਦੀ ਪ੍ਰਿੰਸੀਪਲ ਤੇ ਗਰਜ ਪਏ। ਦਰਅਸਲ ਸਕੂਲ ਦੀ ਸਾਬਕਾ ਵਿਦਿਆਰਥਣ ਡਾਕਟਰ ਮਧੂ ਮੰਗਲ ਨੇ ਆਪਣੀ ਸਵਰਗੀ ਮਾਂ ਦੀ ਯਾਦ ਵਿੱਚ ਕਰੋੜਾਂ ਰੁਪਏ ਲਾ ਕੇ 14 ਕਮਰਿਆਂ ਦਾ ਨਿਰਮਾਣ ਕਰਾਇਆ ਸੀ ਤੇ ਨੀਂਹ ਪੱਥਰ ਦਾ ਉਦਘਾਟਨ ਧਰਮਸੋਤ ਸਾਹਿਬ ਤੋਂ ਕਰਾਉਣ ਦੀ ਭੁੱਲ ਕਰ ਬੈਠੇ ਤੇ ਮੰਤਰੀ ਸਾਹਿਬ ਨੇ ਜਦੋਂ ਉਦਘਾਟਨ ਪੱਥਰ ਤੇ ਆਪਣਾ ਨਾਂ 3 ਨੰਬਰ ਤੇ ਵੇਖਿਆ ਤਾਂ ਉਹ ਗੁੱਸੇ 'ਚ ਆ ਗਏ। ਪ੍ਰਿੰਸੀਪਲ ਨੂੰ ਗਰਜ ਕੇ ਸਸਪੈਂਡ ਕਰਨ ਦੀ ਗੱਲ ਵੀ ਕਹਿ ਦਿੱਤੀ। ਪਰ ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਉਹਨਾਂ ਤੋਂ ਇਸ ਬਾਰੇ ਸਵਾਲ ਕੀਤੇ ਤਾਂ ਜਨਾਬ ਥਾਈ ਮੁੱਕਰ ਗਏ। ਹੁਣ ਮੁੱਕਰੇ ਤੇ ਮੋਏ ਦਾ ਤਾਂ ਭਰੋਸਾ ਨਹੀਂ ਹੁੰਦਾ, ਪਰ ਜਦੋਂ ਇਹੀ ਘਟਨਾ ਕੈਮਰੇ 'ਚ ਕੈਦ ਹੋਵੇ ਤੇ ਮੰਤਰੀ ਜੀ ਤੋਂ ਪੁੱਛਿਆ ਗਿਆ ਤਾਂ ਤੁਸੀਂ ਆਪ ਹੀ ਸੁਣ ਲਓ ਕਿ ਕੀ ਕਹਿਣਾ ਸੀ ਉਹਨਾਂ ਦਾ। ਤੁਹਾਡਾ ਨਾਮ ਯਾਨੀ ਕਿ 3 ਨੰਬਰ ਤੇ ਪਾਇਆ ਗਿਆ, ਤੁਸੀਂ ਕੀ ਕਹਿਣਾ? ਚੱਲ ਨਾਮ ਨੂੰ ਕੀ ਲੈਣਾ, 3 ਤੇ ਹੋਇਆ, 4 ਤੇ ਤੂੰ ਛੱਡ ਯਾਰ, ਰਿਸ਼ਤੇ ਕਿਉਂ ਬੋਲਦਾ? ਅੰਨਾ ਜੀ ਚੁੱਪ ਰਹੋ, ਮੈਨੂੰ ਮੈਂ ਜਾਣਦਾ ਨਹੀਂ ਕੀ ਬੋਲਣਾ, ਉਹ ਹੀ ਕਰੀ ਜਾਂਦਾ ਯਾਰ ਆਪਣੇ ਬੰਦੇ ਹੀ ਦੁਬਾਰਾ ਪੁੱਛਿਆ। ਸਰ ਇਹ ਜਿਹੜਾ 50 ਲੱਖ ਦੀ ਲਾਗਤ ਨਾਲ ਅੱਜ ਇੱਥੇ ਬਿਲਡਿੰਗ ਦਾ ਉਦਘਾਟਨ ਕਰਨ ਆਉਣਾ ਸੀਗਾ ਤੁਸੀਂ, ਤੇ ਤੁਹਾਡੇ ਵੱਲੋਂ ਨਹੀਂ ਕੀਤਾ ਜਾਣਾ ਸੀਗਾ, ਤੇ ਇਹਦੇ ਵਿੱਚ ਤੁਹਾਡਾ ਨਾਮ 3 ਨੰਬਰ ਤੇ ਪਾਇਆ ਗਿਆ। ਕੋਈ ਗੱਲ ਨਹੀਂ, ਮੈਂ ਤੇ ਅਚਾਨਕ ਭਾਈਚਾਰੇ ਵੱਲੋਂ ਆਇਆ, ਇਹਨੂੰ ਕਰਿਆ ਠੀਕ ਹੈ। ਤੁਸੀਂ ਬਣਾ ਰਹੇ, ਸਾਡੀ 100 ਗੱਲਾਂ ਹੋ ਸਕਦੀਆਂ ਨੇ, ਜੋ ਮੈਂ ਕਹਿਣਾ ਪ੍ਰੈਸ ਨੂੰ ਉਹ ਮੈਂ ਕਹਿਣਾ। ਚਲੋ ਹੁਣ ਕਹੂੰਗਾ ਜੋ ਠੀਕ ਹੈ, ਫਿਰ ਜੋ ਕਰੂ ਤੂੰ ਕੰਟਰੋਵਰਸੀ ਚ ਪੈਣਾ, ਜੋ ਮੈਂ ਕਹਿੰਦਾ ਹੁਣ ਕਹੂੰਗਾ, ਉਹ ਪੁੱਛੋ। ਠੀਕ ਹੈ ਜੀ, ਉਹ ਤਾਂ ਸਾਡੀਆਂ ਸ਼ਾਇਦ ਅੰਦਰ 100 ਗੱਲਾਂ ਹੋ ਸਕਦੀਆਂ। ਹੋਰ ਦੱਸ, ਹਾਲੇ ਤਾਂ ਸਰਕਾਰ ਬਣੀ ਨੂੰ ਮਹੀਨਾ ਹੀ ਹੋਇਆ ਤੇ ਸਰਕਾਰ ਦੀ ਪੋਲ ਖੁੱਲਣੀ ਸ਼ੁਰੂ ਵੀ ਹੋ ਚੁੱਕੀ ਹੈ। ਪਰ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਜੇ ਹੀ ਹਰਕਤ ਭਗਵੰਤ ਮਾਨ ਨੇ ਕੀਤੀ ਹੁੰਦੀ ਤਾਂ ਸਭ ਨੇ ਸ਼ਰਾਬੀ ਕਹਿ ਕੇ ਭੰਡਣਾ ਸ਼ੁਰੂ ਕਰ ਦੇਣਾ ਸੀ ਤੇ ਇਸ ਵੀਡੀਓ 'ਚ ਸਾਧੂ ਸਿੰਘ ਧਰਮਸੋਤ ਜਿਵੇਂ ਲੱਗ ਰਹੇ ਨੇ ਉਸ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਵੇਖਣਾ ਇਹ ਹੋਏਗਾ ਕਿ ਕੈਪਟਨ ਸਾਹਿਬ ਸਾਧੂ ਸਿੰਘ ਧਰਮਸੋਤ ਨਾਲ ਕੀ ਸਲੂਕ ਕਰਦੇ ਨੇ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਕਰਦੇ ਨਜ਼ਰ ਆ ਰਹੇ ਨੇ। ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਕੋਈ ਆਮ ਆਗੂ ਨਹੀਂ ਬਲਕਿ ਵੱਡੇ ਆਗੂ ਨੇ। ਪੰਜਾਬ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਨੋਬਲ 'ਤੇ ਗਹਿਰੀ ਸੱਟ ਵੱਜੀ ਹੈ। ਹੱਥ ਤਾਂ ਉਦੋਂ ਹੋ ਗਈ ਜਦੋਂ ਆਪ ਦੇ ਚੀਫ ਵਿਪ ਸੁਖਪਾਲ ਖਹਿਰਾ ਤੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਬੜੈਚ ਤਲਵੰਡੀ ਸਾਬੋ 'ਚ ਹੋਈ ਪਾਰਟੀ ਦੀ ਰੈਲੀ ਦੀ ਸਟੇਜ 'ਤੇ ਆਪਸ ਵਿੱਚ ਹੀ ਭਿੜ ਗਏ।
ਰੈਲੀ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਕਿਹਾ ਕਿ ਆਪ ਨੂੰ ਪੰਜਾਬ ਵਿੱਚ ਮਿਲੀ ਹਾਰ ਦੀ ਸਿੱਧੀ ਜ਼ਿੰਮੇਵਾਰੀ ਕੇਂਦਰੀ ਲੀਡਰਸ਼ਿਪ ਅਤੇ ਉਸ ਦੀ ਰਣਨੀਤੀ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੇ 22 ਉਮੀਦਵਾਰ ਸਹੀ ਸਨ ਉਹ ਤਾਂ ਜਿੱਤ ਗਏ ਨੇ ਤੇ ਜਿੱਥੇ ਪਾਰਟੀ ਨੇ ਗਲਤ ਬੰਦਿਆਂ ਨੂੰ ਟਿਕਟਾਂ ਵੰਡੀਆਂ ਨੇ ਉਹ ਹਾਰ ਗਏ ਨੇ। ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਵੀ ਕਿਹਾ ਕਿ ਉਹਨਾਂ ਨੇ ਦਿੱਲੀ ਅੱਗੇ ਪੰਜਾਬ ਦੀ ਗੱਲ ਕੀਤੀ ਪਰ ਕਿਸੇ ਨੇ ਨਹੀਂ ਸੁਣੀ। ਇਹਨਾਂ ਦੋਹਾਂ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਦਿਆਂ ਘੁੱਗੀ ਨੇ ਕਿਹਾ ਕਿ ਆਪ ਆਗੂ ਕੀ ਕਹਿਣਾ ਚਾਹੁੰਦੇ ਸਨ ਕਿ ਜੇ ਉਹ ਖੁਦ ਬਟਾਲੇ ਤੋਂ ਤੇ ਭਗਵੰਤ ਮਾਨ ਜਲਾਲਾਬਾਦ ਤੋਂ ਚੋਣ ਹਾਰ ਗਏ ਤਾਂ ਕੀ ਉਹ ਮਾੜੇ ਉਮੀਦਵਾਰ ਸਨ। ਉਹਨਾਂ ਕਿਹਾ ਕਿ ਆਪ ਆਗੂਆਂ ਨੂੰ ਪਾਰਟੀ ਫੋਰਮ ਦੇ ਅੰਦਰ ਅਨੁਸ਼ਾਸਨ ਦੇ ਤਹਿਤ ਗੱਲ ਰੱਖਣੀ ਚਾਹੀਦੀ ਹੈ। ਹੁਣ ਵੇਖਣਾ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਪਣੇ ਦਰਮਿਆਨ ਕੋਈ ਵੱਡੀ ਕੰਧ ਖੜੀ ਕਰੇਗੀ ਜਾਂ ਫਿਰ ਅੱਗੇ ਵਧਣ ਦੀ ਕੋਸ਼ਿਸ਼। ਫੀਸਾਂ ਦੇ ਵਾਧੇ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਥਾਂ ਥਾਂ ਆਪੋ ਆਪਣੇ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਦਾ ਇੱਕ ਵਿਰੋਧ ਪ੍ਰਦਰਸ਼ਨ ਹੈ ਭੁੱਖ ਹੜਤਾਲ ਤੇ ਬੈਠਣਾ ਜੋ NSUI ਵੱਲੋਂ ਕੀਤੀ ਗਈ ਹੈ। ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀਆਂ 'ਤੇ ਹੋ ਰਹੇ ਜ਼ੁਲਮ 'ਚ ਵਾਧੇ ਹੁੰਦੇ ਜਾ ਰਹੇ ਨੇ। ਵਧੀਆਂ ਫੀਸਾਂ ਨੂੰ ਲੈ ਕੇ ਵਿਦਿਆਰਥੀਆਂ ਦਾ ਇੱਕ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਯਾਨੀ NSUI 11 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠਾ ਹੋਇਆ। ਆਓ ਗੱਲ ਕਰਦੇ ਹਾਂ ਮਨੋਜ ਲੁਬਾਣਾ ਨਾਲ ਕਿ ਉਹ ਕੀ ਚਾਹੁੰਦੇ ਨੇ। ਵਿੱਚ ਵਿਚਾਲੇ ਸਾਡਾ ਜੋ ਫੋਕਸ ਹੈ ਅਸੀਂ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਜੋ ਸਾਡਾ ਫੋਕਸ ਹੈ ਕਿ ਜੋ ਫੀਸ ਹੈ ਉਹ ਰੋਲ ਬੈਕ ਹੋਣੀ ਚਾਹੀਦੀ ਹੈ ਸਾਰੀ, ਕਿ ਜੋ ਯੂਨੀਵਰਸਿਟੀ ਦਾ ਮਾਹੌਲ ਹੈ ਉਹ ਪੀਸ ਰਹਿਣਾ ਚਾਹੀਦਾ। ਠੀਕ ਹੈ, ਜੋ ਯੂਨੀਵਰਸਿਟੀ ਦੇ ਸਟੂਡੈਂਟ ਹੈ ਉਹ ਠੀਕ ਹੈ ਆਪਣਾ ਪੜ੍ਹ ਰਹੇ ਹਾਂ, ਸਾਰਾ ਕੁਝ ਪੜ੍ਹੀ ਜਾਣ, ਪਰ ਦੂਜੀ ਗੱਲ ਜਿਹੜਾ ਚੱਲ ਰਿਹਾ ਕਿ ਫੀਸ ਰੋਲ ਬੈਕ ਸਾਡਾ ਇੱਕ ਹੀ ਸਟੈਂਡ ਹੈ 11 ਦਿਨਾਂ ਤੋਂ, ਅਤੇ ਅੱਗੇ ਵੀ ਇਹੀ ਚੱਲਦਾ ਰਹੇਗਾ ਕਿ ਜਦ ਤੱਕ ਯੂਨੀਵਰਸਿਟੀ ਆਪਣੀ ਫੀਸ ਰੋਲ ਬੈਕ ਨਹੀਂ ਕਰੇਗੀ ਅਸੀਂ ਇਹ ਪ੍ਰੋਟੈਸਟ ਨਹੀਂ ਖਤਮ ਕਰਾਂਗੇ। ਆਓ ਜਾਣਦੇ ਹਾਂ ਕਿ ਇਹਨਾਂ ਵੱਲੋਂ ਕੀ ਕਿਸੇ ਸਰਕਾਰੀ ਅਹੁਦੇਦਾਰ ਨਾਲ ਵੀ ਗੱਲ ਕੀਤੀ ਗਈ ਹੈ। ਸਰ, ਅਸੀਂ ਐਵੇਂ ਹੈ ਕਿ ਕੱਲ੍ਹ ਅੱਜ ਸ਼ਾਮ ਨੂੰ ਜਾਂ ਕੱਲ੍ਹ ਤੱਕ ਸਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਅੰਮ੍ਰਿਤਾ ਧਵਨ ਜੀ ਆਉਣਗੇ ਅਤੇ ਅਸੀਂ ਕੱਲ੍ਹ ਕੈਪਟਨ ਸਾਹਿਬ ਨੂੰ ਮਿਲਣਗੇ ਅਤੇ ਗਵਰਨਰ ਸਾਹਿਬ ਨੂੰ ਮਿਲਣਾ ਹੋਇਆ ਸੀ ਕਿ ਇਨਵੈਸਟੀਗੇਸ਼ਨ ਹੋਏ ਸਾਰੇ ਜਿਹੜਾ ਕੁਛ ਹੋਇਆ ਸੀ। ਅਤੇ ਦੂਜੀ ਗੱਲ, ਕਿਰਨ ਖੇਰ ਜੀ ਜਾਂ ਚੰਡੀਗੜ੍ਹ ਆਉਣਗੇ, ਉਹਨਾਂ ਨੇ 140 ਕਰੋੜ ਰੁਪਇਆ ਸਾਨੂੰ ਪ੍ਰੋਮਿਸ ਕੀਤਾ ਸੀ, ਉਹ ਚੰਡੀਗੜ੍ਹ ਹੁਣ ਨਹੀਂ ਹੈਗੇ। ਜਦ ਉਹ ਆਏ ਅਸੀਂ ਉਹਨਾਂ ਨੂੰ ਮਿਲਾਂਗੇ ਅਤੇ ਉਹਨਾਂ ਨੂੰ ਪੁੱਛਾਂਗੇ ਵੀ ਸਾਡਾ ਜਿਹੜਾ ਪੈਸਾ ਉਹ ਤੁਸੀਂ ਕੱਲ੍ਹ ਰਿਲੀਜ਼ ਕਰੋਗੇ। ਸਰ, ਮੈਂ ਇਹ ਹੈ ਕਿ ਦੇਖੋ ਸਟੇਟ ਦੇ ਜਿਹੜੇ CM ਹੈ ਕੈਪਟਨ ਅਮਰਿੰਦਰ ਸਿੰਘ ਹੈ ਅਤੇ ਸਾਨੂੰ ਜਿਹੜੇ ਉਹ ਲੀਡ ਕਰਦੇ ਆ ਚੰਡੀਗੜ੍ਹ 'ਚੋਂ ਪਵਨ ਕੁਮਾਰ ਬੰਸਲ ਜੀ ਹੈ, ਉਹ ਕੱਲ੍ਹ ਗਵਰਨਰ ਨੂੰ ਮਿਲਾ ਹੈ। ਅਤੇ ਦੂਜੀ ਗੱਲ, ਜਿਹੜੇ ਕੈਪਟਨ CM ਕੈਪਟਨ ਅਮਰਿੰਦਰ ਜੀ ਹੈ ਉਹਨਾਂ ਨੂੰ ਕੱਲ੍ਹ ਅਸੀਂ ਜਾ ਕੇ ਮਿਲਾਂਗੇ ਅਤੇ ਜੋ ਵੀ ਉਹਨਾਂ ਦਾ ਹੋਇਆ ਉਹ ਤੁਹਾਨੂੰ ਅਸੀਂ ਦੱਸ ਦਾਂਗੇ। ਸੋ ਵਿਦਿਆਰਥੀ ਆਪਣਾ ਮੋਰਚਾ ਲਾ ਕੇ ਬੈਠ ਚੁੱਕੇ ਨੇ, ਹੁਣ ਵੇਖਣਾ ਇਹ ਹੈ ਕਿ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਕਿਵੇਂ ਪਹੁੰਚੇਗੀ। ਸੋ ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੁਣ ਹਰਜੋਤ ਕੌਰ ਨੂੰ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ, ਫਿਰ ਨਵੀਆਂ ਅਤੇ ਤਾਜ਼ਾ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤੁਸੀਂ ਵੇਖਦੇ ਰਹੋ ਸਪੋਕਸਮੈਨ TV। ਸਤਿ ਸ਼੍ਰੀ ਅਕਾਲ।